ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ। ਬਾਰਿਸ਼ ਬਣੀ ਮੁਸੀਬਤ, ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਹੁਣ ਤਸਵੀਰਾਂ ਗੁਜਰਾਤ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪਿਛਲੇ 48 ਘੰਟਿਆਂ ਤੋਂ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਹਾਲਾਤ ਇਹੋ ਜਿਹੇ ਬਣ ਚੁੱਕੇ ਨੇ ਕਿ ਸਾਹਮਣੇ ਸੜਕ ਹੈ ਜਾਂ ਫਿਰ ਨਦੀ, ਇਹ ਫਰਕ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਨਰਿੰਦਰ ਮੋਦੀ ਦਾ ਗੁਜਰਾਤ ਪਾਣੀ ਵਿੱਚ ਡੁੱਬਿਆ। ਗੁਜਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਹਿਰ, ਮੋਦੀ ਦਾ ਗੜ੍ਹ। ਗੁਜਰਾਤ ਦੇ ਹਾਲਾਤਾਂ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਮੋਦੀ ਜੀ ਦੇ ਗੁਜਰਾਤ ਦਾ ਇਹ ਹਾਲ ਹੈ ਤਾਂ ਦੇਸ਼ ਦੇ ਹੋਰ ਥਾਵਾਂ ਦਾ ਕੀ ਹਾਲ ਹੋਵੇਗਾ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੁਜਰਾਤ ਪਾਣੀ ਵਿੱਚ ਡੁੱਬਿਆ ਹੋਇਆ ਹੈ। ਇੱਕ ਪਾਸੇ ਜਿੱਥੇ ਬਾਰਿਸ਼ ਪਾਣੀ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ, ਤਾਂ ਸੜਕਾਂ 'ਤੇ ਘੁੰਮ ਰਹੇ ਮਗਰਮੱਛ ਲੋਕਾਂ 'ਚ ਖੌਫ ਪੈਦਾ ਕਰ ਰਹੇ ਨੇ। ਸੜਕਾਂ 'ਤੇ ਪਾਣੀ ਇੰਨਾ ਜ਼ਿਆਦਾ ਭਰ ਗਿਆ ਕਿ ਲੋਕ ਜਿੱਥੇ ਹਨ ਉੱਥੇ ਹੀ ਖੜ੍ਹੇ ਨੇ, ਨਾ ਘਰ ਤੋਂ ਬਾਹਰ ਨਿਕਲ ਰਹੇ ਨੇ, ਨਾ ਹੀ ਕਿਤੇ ਜਾ ਰਹੇ ਨੇ। ਪਰ ਸੜਕਾਂ 'ਤੇ ਘੁੰਮ ਰਹੇ ਮਗਰਮੱਛ ਲੋਕਾਂ 'ਚ ਬਾਰਿਸ਼ ਤੋਂ ਵੱਧ ਕੇ ਖੌਫ ਪੈਦਾ ਕਰ ਰਹੇ ਨੇ। ਲਗਾਤਾਰ ਹੋ ਰਹੀ ਬਾਰਿਸ਼ ਆਪਣਾ ਰੂਪ ਦਿਖਾ ਰਹੀ ਹੈ ਤਾਂ ਗੁਜਰਾਤ ਤੋਂ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਗੁਜਰਾਤ ਦੇ ਬੜੋਦਰਾ 'ਚ ਲਗਾਤਾਰ ਬਾਰਿਸ਼ ਹੋਣ ਨਾਲ ਸੜਕਾਂ 'ਤੇ ਪਾਣੀ ਭਰਨ ਕਰਕੇ ਕ੍ਰੋਕੋਡਾਇਲਸ ਯਾਨੀ ਕਿ ਮਗਰਮੱਛ ਤੱਕ ਚੱਲਦੇ ਨਜ਼ਰ ਆ ਰਹੇ ਨੇ। ਦੇਸ਼ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਨੇ ਲੋਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਆਵਾਜਾਈ ਠੱਪ ਹੋ ਕੇ ਰਹਿ ਗਈ ਹੈ ਤਾਂ ਸ਼ਹਿਰ ਪਾਣੀ 'ਚ ਡੁੱਬ ਗਏ ਨੇ। ਇਸ ਸਭ ਲਈ ਜ਼ਿੰਮੇਦਾਰ ਕੌਣ ਹੈ, ਪ੍ਰਸ਼ਾਸਨ ਜਾਂ ਫਿਰ? ਆਪਣੀ ਰਾਏ ਜ਼ਰੂਰ ਦੱਸਿਓ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।